ਇਹ ਆ ਜੀ ਲਾਹੌਰ ਬੱਦੀ ਚੌਕ ਤੇ ਇੱਥੋਂ ਜਿਹੜਾ ਨਾ ਚਾਰੋਂ ਤਰਫ ਨੂੰ ਰਸਤੇ ਜਾਂਦੇ ਨੇ ਫੈਸਲਾਬਾਦ ਝੰਗ ਇੱਧਰ ਦੀਨਾ ਜੇਲਮ ਖਾਰੀਆ ਗੁਜਰਾਤ ਗੁਜਰਾਲਾ ਗੱਡੀਆਂ ਮਾਸ਼ਾਅੱਲਾ ਮਾਸ਼ਾਅੱਲਾ ਇਹਦੇ ਮਗਰ ਇੱਕ ਹੋਰ ਗੱਡੀ ਲੱਗੀ ਤੇ ਗੱਡੀ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਸਾਡੇ ਨਾਲ ਜਿਹੜਾ ਨਾ ਜ਼ਬੈਰ ਸਾਹਿਬ ਮੌਜੂਦ ਨੇ ਇੱਧਰ ਜੀ ਜਨਾਬ ਕੀ ਹਾਲ ਚਾਲ ਹੈ ਠੀਕ ਠਾਕ ਤੇ ਕੀ ਹਿਸਾਬ ਕਿਤਾਬ ਹੈ ਲਾਹੌਰ ਦਾ ਲਾਹੌਰ ਹੀ ਅੱਛਾ ਜੀ ਅੱਛਾ ਜੀ ਇਸ ਤੋਂ ਬਾਅਦ ਸਾਡੇ ਨਾਲ ਮੌਜੂਦ ਨੇ ਅਬਦਰਸ਼ੀਦ ਸਾਹਿਬ ਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਚਾਲ ਹੈ ਅਲਹਮਦੁਲਿਲਾ ਸਭ ਖੈਰ ਕਰੀਏ ਤੇ ਕਿਆ ਬਾਤ ਲਓ ਜੀ ਫੌਜਾਂ ਲੱਗੀਆਂ ਅਤੇ ਅਬਦਰਸ਼ੀਦ ਸਾਹਿਬ ਅਤੇ ਲਾਹੌਰ ਬੱਦੀ ਚੌਕ ਬੱਦੀ ਚੌਕ ਦੀ ਵੀਡੀਓ ਅਸੀਂ ਦਿਖਾ ਰਹੇ ਹਾਂ ਅਤੇ ਇਹ ਵੇਖ ਲਓ ਗੱਡੀਆਂ ਲੱਗੀਆਂ ਸਾਡੇ ਬੈਕ ਸਾਈਡ 'ਤੇ ਅਤੇ ਫੈਸਲਾਬਾਦ ਦੀਨਾ ਜੇਲਮ ਧੱਕੇ ਨਾਲ ਹੀ ਫੜ ਫੜ ਕੇ ਭਾਈ ਜਾਂਦੇ ਨੇ ਜਿਹੜਾ ਨਾ ਕੋਈ ਕਿਤੇ ਦੀ ਸਵਾਰੀ ਕੋਈ ਕਿਤੇ ਦੀ ਫੜ ਫੜ ਕੇ ਜਿਹੜਾ ਨਾ ਭਾਈ ਜਾਂਦੇ ਨੇ ਗੱਡੀ 'ਚ ਬਾਕੀ ਇਹਤਿਆਤ ਬਹੁਤ ਜ਼ਿਆਦਾ ਕਰ ਸਫ਼ਰ ਦੇ ਦੌਰਾਨ ਕਿਸੇ ਕੋਈ ਖਾਣੀ ਹੈ ਅਤੇ ਜੇਬ ਕਤਰਿਆਂ ਤੋਂ ਖਾਸ ਤੌਰ 'ਤੇ ਧਿਆਨ ਰੱਖਣਾ ਜਦੋਂ ਵੀ ਕਿਸੇ ਆਓ ਤਾਂ ਸਫ਼ਰ ਕਰੋ ਜੇਬ ਕਤਰਿਆਂ ਦਾ ਖਾਸ ਤੌਰ 'ਤੇ ਖਿਆਲ ਰੱਖੋ ਕਿ ਕੋਈ ਸ਼ੈ ਨਹੀਂ ਲੈ ਖਾਣੀ ਹੈ ਹਾਲਾਤ ਬਹੁਤ ਹੀ ਖਰਾਬ ਨੇ ਹੁਣ ਉਹ ਗੱਲਾਂ ਨਹੀਂ ਰਹੀਆਂ ਓਕੇ ਜੀ ਗੁੱਡ ਨਾਈਟ ਟੇਕ ਕੇਅਰ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ